ਜਿਹੜਾ ਕਿਰਪਾਨ ਦਾ ਮਸਲਾ ਹੈ, ਇਹ ਅੰਗਰੇਜ਼ ਸਰਕਾਰ ਦੇ ਕੋਲ ਵੀ ਗਿਆ ਸੀਗਾ। ਉਸ ਵੇਲੇ ਵੀ ਅੰਗਰੇਜ਼ ਸਰਕਾਰ ਹਿਚਕਚਾ ਰਹੀ ਸੀ ਕਿ ਸਿੱਖਾਂ ਨੂੰ ਹੱਕ ਨਹੀਂ ਸੀ ਦਿੰਦੀ ਕਿ ਉਹ ਵੱਡੀ 3 ਫੁੱਟੀ ਕਿਰਪਾਨ ਲੈ ਕੇ ਆ ਜਾ ਸਕਦੇ ਹੈ ਅਤੇ ਆਪਣੇ ਕੋਲ ਰੱਖ ਸਕਦੇ ਹੈ। ਪਰ ਫਿਰ ਜਿਹੜੇ ਕਿਰਪਾਨ ਦੇ ਮੋਰਚੇ ਲੱਗੇ ਸਿੱਖਾਂ ਵੱਲੋਂ, ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਹੱਕ ਦੇ ਦਿੱਤਾ ਕਿ ਉਹ 3 ਫੁੱਟੀ ਕਿਰਪਾਨ ਰੱਖ ਵੀ ਸਕਦੇ ਹੈ ਅਤੇ ਇੱਕ ਛੋਟੀ ਕਿਰਪਾਨ ਆਪਣੇ ਬਦਨ ਦੇ ਉੱਤੇ ਪਹਿਨ ਵੀ ਸਕਦੇ ਹੈ, ਜਿਵੇਂ ਮੈਂ ਪਹਿਨੀ ਹੋਈ ਹੈ। ਅਤੇ ਜਿਹੜਾ ਆਰਮਸ ਲਾਇਸੈਂਸ ਹੈ ਉਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਅਸਲਾ ਖਰੀਦ ਸਕਦਾ ਹੈ, ਉਹਦੇ ਵਿੱਚ ਸਿਰਫ ਸਿੱਖ ਨੂੰ ਹੀ ਹੱਕ ਹੈ ਕਿ ਉਹ ਕਿਰਪਾਨ ਪਹਿਨ ਵੀ ਸਕਦਾ ਹੈ ਅਤੇ ਰੱਖ ਵੀ ਸਕਦਾ ਹੈਗਾ। ਹਿੰਦੂ, ਮੁਸਲਮਾਨ, ਈਸਾਈ ਜਾਂ ਹੋਰ ਕਿਸੇ ਦਾ ਕਾਨੂੰਨੀ ਤੌਰ ਦੇ ਉੱਤੇ ਆਰਮਸ ਐਕਟ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਉਹਦੇ ਵਿੱਚ ਹੱਕ ਨਹੀਂ ਹੈ। ਫਿਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲਿਆ ਗਿਆ ਅਤੇ 1950 ਦੇ ਵਿੱਚ ਜਿਹੜਾ ਸੰਵਿਧਾਨ ਬਣਿਆ ਉਹਦੀ ਆਰਟੀਕਲ 25 ਦੇ ਵਿੱਚ ਲਿਖਿਆ ਗਿਆ ਕਿ ਅ ਸਿੱਖ ਕੈਨ ਵੇਅਰ ਹਿਸ ਕਿਰਪਾਨ ਐਂਡ ਹੋਲਡ ਐਂਡ ਕੈਰੀ ਹਿਸ ਕਿਰਪਾਨ, ਵਿਚ ਮੀਨਸ ਕਿ ਅਸੀਂ ਕਿਰਪਾਨ ਨੂੰ ਪਹਿਨ ਵੀ ਸਕਦੇ ਹਾਂ ਅਤੇ ਵੱਡੀ ਕਿਰਪਾਨ ਰੱਖ ਵੀ ਸਕਦੇ ਹਾਂ। ਹੁਣ ਜਦੋਂ 1989 ਦੇ ਵਿੱਚ ਮੈਨੂੰ ਪਾਰਲੀਮੈਂਟ ਦੇ ਵਿੱਚ ਇਲੈਕਟ ਕਰਤਾ ਸਿੱਖਾਂ ਨੇ, ਉਸ ਵੇਲੇ ਮਾਹੌਲ ਖਾਲਿਸਤਾਨ ਦਾ ਸੀਗਾ ਅਤੇ ਮੈਂ ਸਿਰਫ ਕਿਹਾ ਕਿ ਜਿਹੜਾ ਮੇਰਾ ਸੰਵਿਧਾਨਕ ਹੱਕ ਹੈ ਆਰਟੀਕਲ 25 ਦਾ, ਕਿਰਪਾਨ ਪਹਿਨਣ ਦਾ ਅਤੇ ਕਿਰਪਾਨ ਰੱਖਣ ਦਾ, ਮੈਂ ਇਸ ਨੂੰ ਐਕਸਰਸਾਈਜ਼ ਕਰੂੰਗਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਵੀ ਲੈ ਕੇ ਜਾਊਂਗਾ। ਸੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮੈਂ ਗੈਰ ਸੰਵਿਧਾਨਕ ਗੈਰ ਕਾਨੂੰਨੀ ਗੱਲ ਕਰ ਰਿਹਾ ਸੀਗਾ। ਪਰ ਜਿਹੜੀ ਹਿੰਦੁੱਤਵਾ ਸੀਗੀ, ਇਸ ਨੇ ਮੈਨੂੰ ਆਪਣਾ ਹੱਕ ਜਿਹੜਾ ਸੰਵਿਧਾਨਕ ਹੱਕ ਹੈ ਉਸ ਨੂੰ ਐਕਸਰਸਾਈਜ਼ ਨਹੀਂ ਕਰਨ ਦਿੱਤਾ, ਜਦਕਿ ਮੈਂ ਕੌਨਸਟੀਟਿਊਸ਼ਨ ਦੇ ਹੱਕ ਦੇ ਵਿੱਚ ਗੱਲ ਕਰ ਰਿਹਾ ਸੀਗਾ ਕਿ ਮੈਂ ਕਿਰਪਾਨ ਲੈ ਕੇ ਜਾਣੀ ਹੈ। ਇੰਡੀਅਨ ਅਤੇ ਹਿੰਦੁੱਤਵਾ ਸਰਕਾਰ ਅਤੇ ਸਟੇਟ ਕਹਿ ਰਹੀ ਸੀਗੀ ਕਿ ਅਸੀਂ ਗੈਰ ਸੰਵਿਧਾਨਕ ਗੱਲ ਕਰਕੇ ਤੈਨੂੰ ਸਿੱਖ ਨੂੰ ਕਿਰਪਾਨ ਅੰਦਰ ਨਹੀਂ ਲੈ ਕੇ ਜਾਣ ਦੇਣੀ। ਸੋ ਮੇਰੀ ਪਾਰਟੀ ਨੇ ਫੈਸਲਾ ਲਿਆ, ਮੰਡ ਨੇ ਅਤੇ ਮੈਂ, ਕਿਉਂ ਕਰਕੇ ਦੋਨੋਂ ਅਸੀਂ ਕਿਰਪਾਨ ਵੱਡੀ ਰੱਖਦੇ ਸੀਗੇ, ਕਿ ਜੇ ਸਾਡਾ ਕੌਨਸਟੀਟਿਊਸ਼ਨਲ ਹੱਕ ਹੈ ਜਿਹੜਾ ਸੰਵਿਧਾਨਕ ਹੈ ਉਸ ਨੂੰ ਹੀ ਇੰਡੀਅਨ ਸਟੇਟ ਨਹੀਂ ਮੰਨਦੀ ਤਾਂ ਫਿਰ ਅਸੀਂ ਪਾਰਲੀਮੈਂਟ ਨਹੀਂ ਜਾਣਾ। ਫਿਰ ਅਸੀਂ ਪਾਰਲੀਮੈਂਟ ਦੇ ਵਿੱਚ ਗਏ ਹੀ ਨਹੀਂ ਹੈ, ਅਸੀਂ ਸਹੁੰ ਨਹੀਂ ਚੱਕੀ ਉਸ ਵੇਲੇ ਕਿ ਇੰਡੀਅਨ ਸਟੇਟ ਜਿਹੜਾ ਹੱਕ ਸਿੱਖਾਂ ਨੂੰ ਮਿਲਿਆ ਜੇ ਉਸੇ ਨੂੰ ਨਹੀਂ ਐਕਸਰਸਾਈਜ਼ ਕਰਨ ਦਿੰਦੀ ਤਾਂ ਫਿਰ ਖਾਲਿਸਤਾਨ ਦੀ ਗੱਲ ਤਾਂ ਬਹੁਤ ਪਿੱਛੇ ਹੈ ਕਿ ਖਾਲਿਸਤਾਨ ਕਿਵੇਂ ਕੰਸੀਡ ਕਰੂਗਾ। ਪਰ ਬਦਕਿਸਮਤੀ ਦੀ ਗੱਲ ਹੈ ਕਿ ਗਵਰਨਮੈਂਟ ਆਫ ਇੰਡੀਆ ਹਿੰਦੂ ਸਟੇਟ ਨੇ ਜਿੰਨੇ ਵੀ ਰਵਾਇਤੀ ਅਕਾਲੀ ਸੀਗੇ, ਬਾਦਲ ਦਲੀਏ, ਟੌੜਾ, ਤਲਵੰਡੀ, ਜਿਨ੍ਹਾਂ ਦੇ ਕੋਲ ਐਸ ਜੀ ਪੀ ਸੀ ਸੀ, ਜਿਨ੍ਹਾਂ ਦੇ ਕੋਲ ਸਾਰੇ ਰਾਗੀ ਢਾਡੀ ਸੀ, ਇਹਨਾਂ ਨੂੰ ਵਿਨਓਵਰ ਕਰ ਲਿਆ ਔਰ ਮੇਰੇ ਖਿਲਾਫ ਇਹੋ ਜਿਹਾ ਜ਼ਹਿਰ ਫੈਲਾਇਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਇਲੈਕਟ ਕੀਤਾ ਅਤੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਗਿਆ। ਅਤੇ ਟੌੜੇ ਨੇ ਇਹੋ ਜਿਹੇ ਭੈੜੇ ਸ਼ਬਦਾਂ ਦੇ ਨਾਲ ਮੈਨੂੰ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਜਾ ਕੇ ਗੱਤਕਾ ਖੇਡਣਾ ਜਿਹੜਾ ਕਿਰਪਾਨ ਦੇ ਮਸਲੇ 'ਤੇ ਅੜ ਗਿਆ। ਮੈਂ ਗੱਤਕਾ ਮਾਡਰਨ ਆਦਮੀ ਹੈ, ਹੁਣ ਕਿਰਪਾਨ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਗੱਤਕਾ ਖੇਡ ਕੇ ਤਾਂ ਕੁਛ ਨਹੀਂ ਮਿਲਦਾ ਜਿੰਨਾ ਚਿਰ
हिंदू स्टेट दे कोले न्यूक्लियर हथियार हैगे है, हुण कृपाण तां न्यूक्लियर हथियार दा मुकाबला तां नहीं कर सकदी, पर मेरा मतलब है मैं अपना हक अजमाउणा चाहुंदा सी जिहड़ा साडे बजुर्गां ने 1950 तों बाद अजमाया नहीं ते मैनूं सपोर्ट नहीं कीती ते रागियां ते ढाडियां दे खिलाफ एडा जहर बालता मेरी कौम दे विच कि हरेक बंदा कहन लग पिया कि तू कृपाण अंदर लेके जाने की करना सीगा। सो ये मसला सीगा कौम कृपाण दा, ये सिखां दा हक है ते मैं उस हक नूं अजमाउणा चाहुंदा सी जायज़ तरीके दे नाल, संवैधानिक तरीके दे नाल, जिहड़ा संविधान आप ही हिंदू स्टेट ने तोड़िया ते एक सिख नूं अमृत पसंद बंदे नूं अपना हक पार्लियामेंट दे विच नहीं अजमाउण दिता।